अस्सलाम वालेकुम रहमतुल्लाहि बरकातहू। क्या हाल है भाई जान? बस अल्लाह का शुक्र है भाई जान। आपका नाम क्या है? अरफान। अरफान भाई जान, केड़े पिंड है? मुंगी कलियां भाई। मुंगी कलियां जी। जिला केड़ा जी? जिला कसूर। जिला कसूर भाई जान, तोड़े को इस टाइम कितने बच्चे ने? इस टाइम 50 बच्चा है। 50 बच्चा है जी। भाई जान, ए बच्चे केड़ी केड़ी नस्ल के ने? ए मुसनर ए नस्ल है ने। मुख्तलिफ नस्ल ने? हाँ जी। अच्छा अच्छा अच्छा, तुसी ये भाई जान सानू ये दसो, ये तुसी बच्चे कितों खरीद लेंदे जी? मंडियां चो जी। केड़ी मंडी तो? एक तो शाहपुर लगती। हाँ जी। और मुख्तलिफ मंडियां गया ने, एक मंडी समाना लगती है। अच्छा अच्छा। ये मंडियां तो ले ही दे हर बोदे बोदे जुम्मे मंडी लगती। को मंडी किस दिन लगती है? एक बोध वाले दिन लगती है, एक जुम्मे वाले दिन जी, एक हफ्ता मंडी लगती। अच्छा, लाहौर मंडी तो नहीं लेंदे जी? लाहौर मंडी तो ले आई दे। अच्छा, सब थोड़े तो सब तो नज़दीक मंडी केड़ी सब तो बेस्ट है? लाहौर वाली मंडी भैया। लाहौर वाली मंडी? हां जी। तुम मंडी समान आते दूसरी मंडियां ले आंदे नाल के? लाहौर मंडी ते कदे बच्चे नहीं लंदे? नहीं, उठो भी ले आई दे जी। अच्छा, उठो भी लेते आंदे जी। हां जी। अच्छा 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 भाई जान, तुसी ए दसो, इना बच्चा वास्ते किन्ने मुलाजम तुसी रखे हुए ने? ਇੱਥੇ 50 ਬੱਚੇ ਵਾਸਤੇ ਜੀ ਫਿਲਹਾਲ ਤਾਂ 3 ਬੰਦੇ ਹੋਣੇ ਚਾਹੀਦੇ ਨੇ। 3 ਬੰਦੇ ਨੇ? ਹਾਂਜੀ। ਅੱਛਾ, ਸੁਣਿਆ ਜਿਹੜੇ ਮੁਲਾਜ਼ਮ ਹੁੰਦੇ ਨੇ, ਹਾਂਜੀ, ਉਹ ਤਵੱਜੋ ਨਹੀਂ ਦਿੰਦੇ? ਤਵੱਜੋ ਕਰਨੀ ਚਾਹੀਦੀ ਜੀ, ਉੱਤੇ ਮਾਲਕ ਖਲੋਣਾ ਚਾਹੀਦਾ ਜਾਂ ਮਾਲਕ ਨੂੰ ਚਾਹੀਦਾ ਬੰਦੇ ਦੇ ਉੱਤੇ ਬਾਹਰ ਹੋਣਾ ਚਾਹੀਦਾ। ਅੱਛਾ ਅੱਛਾ। ਕਿਉਂ ਨਾ ਮੁਲਾਜ਼ਮ ਕਿਹੜਾ ਨਾ ਉੱਤੇ ਮਾਲਕ ਨਾ ਹੋਵੇ, ਹਾਂਜੀ, ਤੇ ਉਹ ਫਿਰ ਸਾਹਮਣੇ ਸਹੀ ਕਰਦੇ। ਅੱਛਾ ਅੱਛਾ। ਜਾਂ ਕੋਈ ਉੱਤੇ ਬਾਹਰ ਹੋਵੇ। ਅੱਛਾ ਅੱਛਾ। ਅਤੇ ਉਹ ਭਾਜੀ ਨਾ ਫਿਰ ਪਿੱਛੋਂ ਮੁਲਾਜ਼ਮ ਫਾਰਗ ਹੋ ਕੇ ਬੈਠੇ ਰਹਿੰਦੇ ਨੇ। ਅੱਛਾ। ਉਹ ਕੰਮ ਲਈ ਤਵੱਜੋ ਨਹੀਂ ਦਿੰਦੇ। ਅੱਛਾ, ਯਾਨੀ ਕਿ ਤੁਸੀਂ ਕੋਲ ਮੌਜੂਦ ਹੁੰਦੇ ਜਿਸ ਟਾਈਮ? ਅੱਛਾ, ਇਹਨਾਂ ਕੋਲ ਬੱਚਿਆਂ ਦੇ? ਹਾਂਜੀ। ਅਤੇ ਨਾਲ ਮੁਲਾਜ਼ਮਾਂ ਦੇ ਕੋਲ ਹੁੰਦੇ ਜੀ? ਹਾਂਜੀ, 24 ਘੰਟੇ ਜੀ। ਅੱਛਾ, ਇਹਨਾਂ ਵਾਸਤੇ ਕੀ ਖਵਾਉਂਦੇ ਪਿਆਉਂਦੇ ਜੀ? ਮਿਸਾਲ ਸਬਜ਼ਾ ਖਵਾਉਂਦੇ ਜੀ ਜਾਂ? ਨਹੀਂ ਜੀ, ਵੰਡਾ ਫਿਲਹਾਲ ਚੱਲ ਰਿਹਾ ਜੀ। ਵੰਡਾ ਕਿਹੜਾ ਤੁਸੀਂ ਖਿਲਾ ਰਹੇ ਜੀ? ਵੰਡਾ ਚੱਲਦਾ ਇੱਕ ਕਣਕ ਦਾ ਦਲੀਆ। ਅੱਛਾ ਜੀ। ਇੱਕ ਮਕਈ ਦਾ? ਮਕਈ ਦਾ ਜੀ। ਖਾਲਾ ਆ ਗਈ? ਖਾਲਾ। ਸੂੜੀ? ਸੂੜੀ। ਹਾਂਜੀ। ਅੱਛਾ ਜੀ। ਸ਼ੀਰਾ? ਸ਼ੀਰਾ ਚੱਲ ਰਿਹਾ ਨਾਲ? ਸ਼ੀਰਾ ਜੀ। ਹਾਂਜੀ, ਚੋਕਰ ਚੱਲ ਰਿਹਾ। ਸ਼ੀਰੇ ਦਾ ਕੀ ਮਕਸਦ ਹੈ ਜੀ? ਉਹਦੇ ਨਾਲ ਕੀ ਫਰਕ ਹੁੰਦਾ ਮਹਿਸੂਸ? ਉਹਦੇ ਨਾਲ ਇਹ ਹੈਗਾ ਵੀ ਸ਼ੀਰਾ ਵਿੱਚ ਵੰਡੇ ਦੇ ਪਾ ਦੇਈਏ ਜਾਂ ਪਾਣੀ ਪਾ ਦੇਈਏ, ਹਾਂਜੀ, ਪੀ ਪੀ ਦੇ ਫੁੱਲ ਜਾਂਦੇ ਨੇ ਜੀ। ਅੱਛਾ ਜੀ, ਮਾਸ਼ਾ ਉਹਦੇ ਨਾਲ ਮੋਟੇ ਹੋ ਜਾਂਦੇ ਨੇ? ਹਾਂਜੀ। ਅੱਛਾ, ਤੁਸੀਂ ਸਾਨੂੰ ਇਹ ਦੱਸੋ, ਇਹ ਮਹੀਨੇ ਤਕਰੀਬਨ ਤੁਹਾਡੇ ਅੰਦਾਜ਼ੇ ਮੁਤਾਬਕ ਇੱਕ ਮਹੀਨੇ ਕਿੰਨਾ ਕੁ ਬੱਚਾ ਵੱਧ ਜਾਂਦਾ, ਜਾਂ ਇੱਕ ਦਿਨ ਦੇ ਹਿਸਾਬ 'ਤੇ ਵੱਧਦਾ, ਜਾਂ ਫਿਰ ਮਹੀਨੇ ਦੇ ਹਿਸਾਬ 'ਤੇ ਤੁਸੀਂ ਅੰਦਾਜ਼ਾ ਲਾਇਆ ਕਦੇ? ਅੰਦਾਜ਼ਾ ਜੀ ਲਾਈਦਾ ਵੀ ਅਤੇ ਨਹੀਂ ਵੀ ਲਾਈਦਾ, ਕਿਉਂ ਖੁੱਲ੍ਹੇ ਬੱਚੇ ਹੁੰਦੇ, ਫਿਰ ਖੁੱਲ੍ਹਾ ਮਾਲ ਪੈਂਦਾ। ਹਾਂਜੀ ਹਾਂਜੀ। ਬਾਕੀ ਇਹ ਹੈ ਵੀ 90 ਦਿਨਾਂ 'ਚ ਤਿਆਰ ਕਰੀਦਾ ਇਨਸ਼ਾਅੱਲਾ। ਅੱਛਾ, ਕਿੰਨੇ ਦਿਨ ਤਿਆਰ ਹੁੰਦਾ? 90 ਦਿਨਾਂ 'ਚ ਜੀ। 90 ਦਿਨਾਂ ਤਿਆਰ ਹੋ? 3 ਮਹੀਨਿਆਂ 'ਚ? 3 ਮਹੀਨਾ ਤਿਆਰ ਹੋ ਜਾਂਦਾ? ਹਾਂਜੀ। ਅੱਛਾ ਅੱਛਾ, 3 ਮਹੀਨਾ ਬੱਚਾ ਤਿਆਰ ਕਰ ਲੈਂਦੇ? 22,000 ਦਾ, 25,000 ਦਾ ਲੈ ਆਈਦਾ। ਹਾਂਜੀ। 3 ਮਹੀਨਿਆਂ 'ਚ ਅਸੀਂ ਕਰੀਦਾ 50,000 ਦਾ, 55,000 ਦਾ ਕਰ ਲਈਦਾ, 60 ਦਾ ਵੀ ਹੋ ਜਾਂਦਾ ਜੀ। ਅੱਛਾ, ਯਾਨੀ ਕਿ ਤੁਸੀਂ ਬੱਚਾ, ਇੱਕ ਬੱਚਾ ਕਿੰਨੇ ਲੈਂਦੇ ਜੀ? 20 ਦਾ ਲਾ ਲਵੋ, 25 ਦਾ ਲਾ ਲਵੋ। ਕੋਈ 20,000 ਦਾ, 25,000 ਦਾ? ਹਾਂਜੀ। ਅੱਛਾ ਅੱਛਾ, ਤੇ ਉਹ ਤੱਕ ਕਿੰਨੇ ਦਾ ਵਿਕ ਜਾਂਦਾ ਇੱਕ ਬੱਚਾ? ਇੱਕ ਬੱਚਾ ਵਿਕ ਜਾਂਦਾ 55,000 ਦਾ, 60 ਦਾ ਵੀ ਵਿਕ ਜਾਂਦਾ, ਕੋਈ 50 ਦਾ ਵਿਕ ਜਾਂਦਾ। ਕੁਛ ਮਲੂਮਾਤ ਭਾਈ ਐਸੇ ਵੀ ਹੁੰਦੇ ਨੇ ਜਿਹੜੇ ਦਿੰਦੇ ਨੇ ਕਿ ਉਹ ਆਉਂਦੇ 10,000 ਬਚ ਜਾਂਦਾ, 15,000 ਬਚ ਜਾ। ਤੁਸੀਂ ਕਹਿ ਰਹੇ ਤਕਰੀਬਨ ਅੰਦਾਜ਼ਨ 30,000 ਰੁਪਏ ਬਚਦਾ ਪਿਆ ਤੁਹਾਡਾ? ਹਾਂਜੀ। ਅਤੇ ਇਹ 30,000 ਰੁਪਏ ਇੱਕ ਬੱਚੇ ਮਗਰ ਵੱਧ ਜਾਂਦਾ? ਬਚ ਜਾਂਦਾ, ਖਰਚਾ ਖੁਰਚਾ ਕੱਢਦੇ, ਬਾਕੀ ਮੁਲਾਜ਼ਮਾਂ ਦਾ ਖਰਚਾ ਕੱਢ ਕੇ ਤੁਸੀਂ? ਹਾਂਜੀ, ਸਾਰਾ ਕੁਛ ਖਰਚਾ ਪਾਣੀ ਕੱਢਤੇ ਜੀ। ਅੱਛਾ ਅੱਛਾ, ਮਾਸ਼ਾ ਅੱਲਾ ਜੀ। ਅੱਛਾ, ਤੁਸੀਂ ਇਹ ਦੱਸੋ ਤੁਹਾਡੇ ਕੋਲ ਕਿੰਨਾ ਸੇਨ ਹੈ ਜਿਹੜਾ ਮਿਸਾਲ ਤੇਰਾ ਆਵੇ ਮਾਸ਼ਾ ਅੱਲਾ ਨਜ਼ਰ ਆ ਰਿਹਾ ਜੀ? ਅੱਛਾ ਭਾਈ ਜੀ, ਤੁਹਾਡੇ ਕੋਲ ਕਿੰਨਾ ਸੇਨ ਹੈਗਾ? ਇਹ ਭਾਅ ਜੀ 2 ਕਨਾਲਾਂ ਹੈਗੀਆਂ ਫਿਲਹਾਲ। 2 ਕਨਾਲਾਂ ਨੇ? ਹਾਂਜੀ। ਅੱਛਾ, ਤੁਸੀਂ ਸਾਨੂੰ ਇਹ ਦੱਸੋ, ਇਹ ਕਿੰਨਾ ਮਹੀਨਾ ਬਾਅਦ ਵੇਚਦੇ ਜੇ? 3 ਮਹੀਨਾ ਬਾਅਦ ਜੀ। ਆਏ ਕਿ ਕੁਰਬਾਨੀ ਵਾਸਤੇ ਵੇਚਦੇ ਜੀ ਜਾਂ? ਨਹੀਂ ਜੀ, ਕਿੱਦੋਂ ਤਿਆਰ ਬੱਚਾ ਹੋ ਗਿਆ, 3 ਮਹੀਨੇ ਕਿਹੜਾ ਤਿਆਰ ਹੋ ਗਿਆ, ਉਹਨੂੰ ਕੱਢ ਦੇਣਾ, ਫਿਰ ਅੱਗੋਂ ਨਵੇਂ ਹੋਰ ਲੈ ਦੇ, ਨਵੇਂ ਫਿਰ ਅੱਗੋਂ ਪੁਰਾਣੇ ਕਿਹੜੇ ਨੇ ਕੱਢ ਦੇਈ ਜੀ। ਅੱਛਾ, ਪੁਰਾਣੇ ਵੀ ਕੱਢ ਦਿੰਦੇ ਜੀ? ਹਾਂਜੀ। ਨਵੇਂ ਲੈ ਆਉਂਦੇ ਜੀ? ਹਾਂਜੀ। ਇਹ ਕਿੱਥੇ ਵੇਚਦੇ ਜੀ? ਹਾਂ ਜੀ, ਮੰਡੀਆਂ 'ਚ ਲੈ ਜਾਈਦੇ। ਅੱਛਾ ਜੀ। ਜਾਂ ਫੈਕਟਰੀਆਂ ਦੇ ਆਰਡਰ ਆ ਜਾਂਦੇ ਨੇ। ਹਾਂਜੀ, ਉੱਥੇ ਸਪਲਾਈ ਕਰ ਦੇਈਦੇ ਜੀ। ਅੱਛਾ, ਫੈਕਟਰੀਆਂ ਤੁਹਾਡੇ ਕੋਲ ਆਰਡਰ ਆਉਂਦੇ ਨੇ? ਹਾਂਜੀ। ਕਿੱਥੋਂ ਫੈਕਟਰੀ ਦੇ ਆਰਡਰ ਆਉਂਦੇ ਨੇ? ਰਾਇਮੰਡ ਤੋਂ ਜੀ। ਰਾਇਮੰਡ ਤੋਂ? ਹਾਂਜੀ, ਰਾਇਮੰਡ ਲਾਹੌਰ ਦੇ ਨਾਲ ਜਿਹੜਾ ਸ਼ਹਿਰ ਹੈ ਜੀ। ਹਾਂਜੀ। ਅੱਛਾ ਅੱਛਾ, ਮਾਸ਼ਾ ਅੱਲਾ ਜੀ। ਅੱਛਾ, ਉਹ ਇੱਥੋਂ ਆਦ ਲੈ ਤੇ ਜਾਂਦੇ ਤੁਹਾਡੇ ਕੋਲ? ਹਾਂਜੀ, ਆਪ ਖੁਦ ਲਿਜਾਂਦੇ ਨੇ। ਅੱਛਾ, ਕਰਾ ਕਰੋ ਉਹਨਾਂ ਦਾ ਹੁੰਦਾ ਫਿਰ? ਸਾਰਾ ਕੁਛ ਉਹਨਾਂ ਦਾ ਹੁੰਦਾ ਜੀ, ਗੱਡੀਆਂ ਉਹਨਾਂ ਦੇ, ਬੰਦੇ ਵੀ ਨਾਲ ਉਹਨਾਂ ਦੇ ਆਉਂਦੇ ਨੇ, ਜਾਂ ਇੱਥੋਂ ਬੰਦੇ ਜੇ ਨਾ ਆਵਣ ਤਾਂ ਫਿਰ ਆਪ ਲੋਡ ਕਰੀਏ, ਫਿਰ ਉਹਨਾਂ ਕੋਲ ਮੁੰਡਿਆਂ ਨੂੰ ਕਮਿਸ਼ਨ ਲੈ ਦੇਈ ਜੀ।
ਅੱਛਾ ਕੋਈ ਬੱਚੇ ਤੁਹਾਡੇ ਇੱਥੇ ਆ ਖੜੇ ਨੇ? ਹਾਂਜੀ। ਬਾਕੀ ਕੁਝ ਉਧਰ ਖੁੱਲੀਆਂ ਖੜੇ ਨੇ? ਹਾਂਜੀ। ਅੱਛਾ ਅੱਛਾ ਅੱਛਾ, ਤੁਸੀਂ ਸਾਨੂੰ ਇਹ ਦੱਸੋ, ਇਸ ਜਦੋਂ ਬਿਮਾਰ ਹੋ ਜਾਂਦੇ ਨੇ, ਹਾਂਜੀ, ਅੱਛਾ ਅੱਛਾ ਬਿਮਾਰ ਹੋ ਜਾਂਦੇ, ਡਾਕਟਰ ਵਗੈਰਾ ਵੀ ਆਉਂਦੇ ਨੇ? ਨਹੀਂ ਜੀ, ਡਾਕਟਰ ਨਹੀਂ, ਅਸੀਂ ਆਪ ਖੁਦ ਡਾਕਟਰ ਹੈਗੇ ਹਾਂ। ਤੁਸੀਂ ਆਪ ਖੁਦ ਡਾਕਟਰ ਜੀ? ਹਾਂਜੀ। ਕਿਸ ਤਰ੍ਹਾਂ ਜੀ ਡਾਕਟਰ? ਬੱਚੇ ਨੂੰ ਵੇਖ ਲਈਦਾ ਕਿਹੜੀ ਬਿਮਾਰੀ ਹੈਗੀ, ਉਹਦਾ ਇਲਾਜ ਫਿਰ ਆਪ ਖੁਦ ਟੀਕੇ ਲਾਈਦੇ ਜੀ। ਅੱਛਾ, ਟੀਕੇ ਲਾਉਂਦੇ ਜੀ? ਹਾਂਜੀ। ਕਿਹੜੇ ਟੀਕੇ ਲਾਉਂਦੇ ਜੀ ਤੁਸੀਂ? ਟੀਕੇ ਹੁਣ ਕਾਫੀ ਪਿਆ ਹੋਏ ਨੇ, ਕੁਝ ਦਿਨ ਚ ਹੈਗੇ ਨੇ, ਕੁਝ ਨਹੀਂ ਵੀ ਕੇ। ਅੱਛਾ ਅੱਛਾ, ਮੁਖਤਲਿਫ ਕੈਟਾਗਰੀ ਦੇ ਤੁਹਾਡੇ ਕੋਲ ਟੀਕੇ ਮੌਜੂਦ ਨੇ? ਹਾਂਜੀ। ਜੇ ਤੁਸੀਂ ਆਪ ਲਾਉਂਦੇ ਜੇ? ਹਾਂਜੀ, ਮੌਜੂਦਾ ਸਾਡੇ ਕੋਲ ਇਸ ਟਾਈਮ ਪਏ ਹੋਏ ਨੇ। ਅੱਛਾ ਅੱਛਾ ਜੀ, ਚਲੋ ਜੀ, ਉਹ ਤਾਂ ਵੱਖਰੀ ਗੱਲ ਹੈ ਜੀ। ਅੱਛਾ, ਇਹ ਸਬਜ਼ ਚਾਰਾ ਇਹਨੂੰ ਨਹੀਂ ਪਾਉਂਦੇ ਜੇ? ਨਹੀਂ ਜੀ, ਇਹ ਸਬਜ਼ ਜ਼ਿਆਦਾ ਕਿੰਨਾ ਪਾਓਗੇ ਉਨਾ ਇਹ ਨੀਚੇ ਜਾਏਗੇ, ਉਹ ਥੱਲੇ ਜਾਂਦੇ, ਯਾਨੀ ਕਮਜ਼ੋਰ ਹੋਣ ਦੇ? ਕਮਜ਼ੋਰ ਹੋ ਜਾਂਦੇ। ਅੱਛਾ, ਯਾਨੀ ਸਿਰਫ ਵੰਡੇ ਦੇ ਜਿਹੜੇ ਤੁਸੀਂ ਸਮਾਨ ਦੱਸਿਆ ਉਹਦੇ ਨਾਲ? ਹਾਂਜੀ। ਅੱਛਾ, ਜਿਹੜੇ ਤੁਸੀਂ ਚੀਜ਼ਾਂ ਦੱਸ ਰਹੇ ਹਜੇ, ਉਹਦੇ ਨਾਲ ਜਲਦੀ ਗਰੋਥ ਕਰ ਰਹੀ, ਯਾਨੀ ਜਲਦੀ ਵੱਧਦਾ ਬੱਚਾ? ਹਾਂਜੀ, ਬੱਚਾ ਫੁੱਲਦਾ, ਬੱਚਾ ਵੱਧਦਾ ਛੇਤੀ। ਅੱਛਾ, ਤਕਰੀਬਨ ਕਿੰਨੇ ਚਿਹਰੇ ਤੱਕ ਬੱਚਾ ਤਿਆਰ ਹੋ ਜਾਂਦਾ? ਤਿੰਨਾਂ ਮਹੀਨਾ ਜੀ ਕਰ ਦੇਦਾ ਜੀ। ਤਿੰਨਾਂ ਮਹੀਨਾ ਫੁੱਲ ਤਿਆਰ ਹੋ ਜਾਂਦਾ? ਹਾਂਜੀ। ਅੱਛਾ ਅੱਛਾ, ਮਾਸ਼ਾ ਅੱਲਾ ਜੀ। ਅੱਛਾ ਭਾਈ ਜਾਨ ਜੀ, ਭਾਈ ਮਾਲੂਮਾਤ ਤੁਹਾਡੇ ਕੋਲ ਕਾਫੀ ਲੈ ਲਈਏ, ਤੁਸੀਂ ਸਾਨੂੰ ਇਹ ਦੱਸੋ, ਜਦੋਂ ਬੱਚਾ ਤੁਸੀਂ ਖਰੀਦਿਆ ਜੇ, ਤਕਰੀਬਨ ਕਿੰਨੀ ਉਮਰ ਦਾ ਖਰੀਦਿਆ ਜੇ? ਉਹ ਕੁਝ ਪਿੱਛੋਂ ਆ ਜਾਂਦਾ, ਕੋਈ ਸਾਲ ਦਾ, ਕੋਈ ਡੇਢ ਸਾਲ ਦਾ ਹੁੰਦਾ, ਕਿਉਂ ਉਹਨਾਂ ਦੀ ਸਾਂਭ ਨਹੀਂ ਹੁੰਦੀ ਉਹਨਾਂ ਕੋਲੋਂ। ਅੱਛਾ, ਕਮਜ਼ੋਰ ਆਉਂਦੇ ਨੇ ਮੰਡੀਆਂ 'ਚ, ਐਡੇ ਛੋਟੇ ਛੋਟੇ ਬੱਚੇ, ਜਿਸ ਤਰ੍ਹਾਂ ਕਿ ਆਹ ਬੱਚਾ? ਹਾਂਜੀ, ਜਿਵੇਂ ਆਹ ਬੱਚਾ? ਹਾਂਜੀ, ਇਹਨੂੰ ਹਫ਼ਤਾ ਹੋ ਗਿਆ ਜੀ ਲਿਆਂਦੇ ਨੇ। ਅੱਛਾ, ਇਹ ਐਡਾ ਕੁਛ ਮਾਸ਼ਾ ਲੱਗੇ ਨਾ, ਮੋਟਾ ਹੋ ਗਿਆ ਫਿਰ ਇਹਨਾਂ, ਮਤਲਬ ਹਾਂਜੀ। ਇਹ ਤਕਰੀਬਨ ਕਿੰਨੇ ਦਾ ਤੁਹਾਡੇ ਅੰਦਾਜ਼ੇ ਨਾਲ? ਇਹ ਆਇਆ ਜੀ 17,000 ਦਾ। ਇਹ 17,000 ਦਾ ਹੈ? ਹਾਂਜੀ। ਅੱਛਾ ਅੱਛਾ, ਮਾਸ਼ਾ ਅੱਲਾਹ, ਇਹ 3 ਮਹੀਨੇ ਤਿਆਰ ਹੋ ਜਾਏਗਾ? ਹਾਂਜੀ, 3 ਮਹੀਨਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ। ਇਹ 3 ਮਹੀਨੇ ਤਿਆਰ ਤਕਰੀਬਨ ਕਿਸ ਤਰੀਕੇ ਬੱਚਾ ਹੋ ਜਾਏ, ਜਿਵੇਂ ਇੱਕ ਆ ਬੱਚਾ ਬੈਠਾ? ਹਾਂਜੀ, ਇਹਨੂੰ ਉਠਾ ਦੇਣਾ, ਉਠਾਓ, ਇਸ ਤਰੀਕੇ ਤਿਆਰ ਹੋ ਜਾਏਗਾ? ਹਾਂਜੀ, ਮਾਸ਼ਾ ਅੱਲਾਹ ਜੀ। ਅੱਛਾ, ਇਹ ਭਾਈ ਜਾਨ, ਕਿ ਤੁਸੀਂ ਮੈਨੂੰ ਆਖਰੀ ਸਵਾਲ ਦੱਸ ਦਿਓ ਜੀ ਭਾਈ, ਇੱਕ ਦਿਨ ਕਿੰਨਾ ਵੱਧ ਜਾਂਦਾ ਬੱਚਾ? ਬਾਈ ਕਿਲੋ ਵੱਧਦਾ। 1 ਕਿਲੋ ਵੱਧ ਜਾਂਦਾ? ਅੱਛਾ ਅੱਛਾ, ਮਾਸ਼ਾ ਅੱਲਾਹ, ਇਹ 3 ਮਹੀਨੇ ਤੁਸੀਂ ਫੁੱਲ ਤਿਆਰ ਕਰ ਲੈਂਦੇ? ਹਾਂਜੀ, 3 ਮਹੀਨੇ ਫੁੱਲ ਤਿਆਰ ਕਰਨਾ ਜੀ। ਜਿਵੇਂ ਉਹ ਬੱਚਾ ਤੁਹਾਡਾ ਜਾ ਰਿਹਾ? ਹਾਂਜੀ। ਇਹ ਕਿੰਨੇ ਚਿਰੇ ਤਿਆਰ ਹੋਇਆ? ਇਹ ਵੀ 3 ਮਹੀਨਾ ਚ ਹੈ ਜੀ। 3 ਮਹੀਨੇ ਤਿਆਰ ਹੋਇਆ? ਹਾਂਜੀ। ਮਾਸ਼ਾ ਅੱਲਾਹ ਜੀ, ਬੱਚਾ ਤਾਂ ਬਹੁਤ ਸਾਂਭਿਆ ਹੋਇਆ, ਠੀਕ ਹੋ ਗਿਆ ਭਾਈ ਜਾਨ। ਅੱਛਾ, ਅਗਰ ਆਪ ਭਾਈਓ ਕੋ ਵੀਡੀਓ ਅੱਛੀ ਲੱਗੇ ਤੋ ਲਾਈਕ ਔਰ ਕਮੈਂਟ ਜ਼ਰੂਰ ਕਰੇ, ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਤੋ ਔਰ ਦੋਸਤੋ ਤੱਕ ਸ਼ੇਅਰ ਕਰੇ, ਕਿਉਂਕਿ ਹਮਨੇ ਤੋ ਮਲੂਮਾਤ ਲੈਣੀ ਹੋਤੀ ਭਾਈ, ਜੈਸੇ ਕੋਈ ਮਲੂਮਾਤ ਦੇ ਤੋ ਹਮ ਆਪ ਤੱਕ ਸ਼ੇਅਰ ਕਰਤੇ ਹੈ, ਅਗਰ ਹਮਸੇ ਕੋਈ ਗਲਤੀ ਭੂਲ ਚੋਲ ਹੋ ਜਾਏ ਤੋ ਪਲੀਜ਼ ਮਾਫ਼ ਕਰ ਦਿਆ ਕਰੇ, ਨਈ ਵੀਡੀਓ ਆਉਣੇ ਤੱਕ ਹਮਾਰਾ ਇੰਤਜ਼ਾਰ ਕਰੇ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ।